ਵੀ ਈਸਾਈ ਲੀਡਰ ਨੇ ਜੋ ਕਿ ਕਾਫੀ ਸਮੇਂ ਤੋਂ ਪੁਰਾਣੀ ਰਾਜਨੀਤੀ ਕਰਦੇ ਆ ਰਹੇ ਨੇ। ਸਾਨੂੰ ਇਹਨਾਂ ਤੋਂ ਅਗਾਹ ਰਹਿਣ ਦੀ ਲੋੜ ਹੈਗੀ ਆ, ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈਗੀ ਆ ਸਾਨੂੰ। ਹੋਰ ਤੁਹਾਡਾ ਕੀ ਮਤਲਬ ਇਸ ਜੋ ਕਿ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਅੱਤਿਆਚਾਰ ਵੱਧ ਰਿਹਾ ਵਾ, ਕਿ ਜਿੱਦਾਂ ਕਹਿ ਲਈਏ ਆਪਾਂ ਕਿ ਨਸ਼ਾ ਬਹੁਤ ਹੀ ਵੱਧ ਰਿਹਾ ਵਾ, ਇਹਦੇ ਬਾਰੇ ਕੀ ਤੁਹਾਡਾ? ਮੈਂ ਦੱਸਣਾ ਚਾਹੁੰਦਾ ਕਿ ਮਣੀਪੁਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਹਾਦਸਾ ਹੋਇਆ, ਉੱਥੇ ਸਾਡੀਆਂ ਭੈਣਾਂ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ, ਉਹ ਮਾਹੌਲ, ਉਹ ਸਮਾਂ ਬਹੁਤ ਦੂਰ ਨਹੀਂ ਹੈਗਾ। ਉਹ ਇਹਨਾਂ ਤੋਂ ਬਚੋ, ਇਹਨਾਂ ਦੇ ਪਿੱਛੇ ਨਾ ਲੱਗੋ, ਕਿਉਂਕਿ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਤੁਸੀਂ ਇਹਨਾਂ ਦੇ ਪਿੱਛੇ ਲੱਗਦੇ ਜੇ, ਈਸਾਈ ਭਾਈਚਾਰੇ ਨੂੰ ਮੈਂ ਅਪੀਲ ਕਰਦਾ ਕਿ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹਨਾਂ ਦੇ ਪਿੱਛੇ ਲੱਗਦੇ ਜੇ ਤਾਂ ਤੁਹਾਡਾ ਆਪਣਾ ਹੀ ਬਹੁਤ ਵੱਡਾ ਨੁਕਸਾਨ ਹੋਵੇਗਾ। ਆਪਾਂ ਵੇਖੀਏ ਜਿਹੜੀ ਵੀ ਸਰਕਾਰ ਬਣਦੀ ਆ, ਕਿ ਆਪਾਂ ਕਹਿ ਸਕਦੇ ਕਿ ਗਲੀਆਂ ਮਤਲਬ ਗਲੀਆਂ ਗਟਰਾਂ ਹੁੰਦਾ ਵਾ ਕਿ ਉਹਦਾ ਤੱਕ ਹੀ ਸਹਿਮਤ ਹੈ ਆਪਾਂ। ਮੈਂ ਦੱਸਣਾ ਚਾਹੁੰਦਾ ਆਪਣੇ ਭਾਈਚਾਰੇ ਨੂੰ ਕਿ ਅਗਰ ਤੁਸੀਂ ਪਾਰਟੀਆਂ ਦੀ ਸਪੋਰਟ ਕਰਦੀ ਹਾਂ ਤਾਂ ਚਰਚਾਂ ਦਾ ਸਹਾਰਾ ਨਾ ਲਓ, ਨਾ ਹੀ ਪਾਸਟਰ ਲੋਕਾਂ ਦਾ ਸਹਾਰਾ ਲਓ, ਕਿਉਂਕਿ ਤੁਸੀਂ ਪਾਸਟਰ ਲੋਕਾਂ ਨੂੰ ਅੱਜ ਦੀ ਡੇਟ ਦੇ ਵਿੱਚ ਯੂਜ ਕਰਦੇ ਪਏ ਜੇ, ਪਾਸਟਰਾਂ ਨੂੰ ਵਰਤਦੇ ਪਏ ਜੇ, ਕਿਉਂਕਿ ਜਦੋਂ ਅਸੀਂ ਪਾਸਟਰਾਂ ਨੂੰ ਵਰਤ ਕੇ ਪਾਸਟਰਾਂ ਦੀ ਕਲੀਸਿਆ ਵਿਖਾ ਕੇ ਲੀਡਰਾਂ ਨੂੰ ਬੇਕੂਫ ਬਣਾਉਂਦੇ ਹਾਂ। ਵਿਸ਼ਾਰ ਅਮਦਾਸੀਆ ਚੈਨਲ 'ਤੇ ਤੁਹਾਡਾ ਸਵਾਗਤ ਕਰਦੇ ਹਾਂ, ਔਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ, ਔਰ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਣਾ, ਔਰ ਬਹੁਤ ਹੀ ਅਹਿਮ ਮੁੱਦਾ ਅਹਿਮ ਮੈਸੇਜ ਲੈ ਕੇ ਜੋ ਕਿ ਤੁਹਾਡੇ ਨਾਲ ਹਾਜ਼ਰ ਹੋਏ ਹਾਂ, ਔਰ ਖਾਸ ਕਰ ਜੋ ਕਿ ਮਸੀਹ ਲੋਕਾਂ ਨੂੰ ਇਸ ਵੀਡੀਓ ਦੇ ਰਾਹੀਂ ਬਹੁਤ ਹੀ ਜੋ ਕਿ ਜ਼ਰੂਰੀ ਮੈਸੇਜ ਇਸ ਬ੍ਰਦਰ ਦੇ ਰਾਹੀਂ ਜੋ ਕਿ ਦਿੱਤਾ ਗਿਆ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਚੋਣਾਂ ਦਾ ਟਾਈਮ ਚੱਲ ਰਿਹਾ ਹੈ, ਚੋਣਾਂ ਦੇ ਦਿਨ ਚੱਲ ਰਿਹਾ, ਔਰ ਚੋਣਾਂ ਦੇ ਦਿਨ ਦੇ ਵਿੱਚ ਜੋ ਕਿ ਕਈ ਵਾਰ ਅਸੀਂ ਦੇਖਿਆ ਕਿ ਜਦੋਂ ਚੋਣਾਂ ਦਾ ਟਾਈਮ ਆਉਂਦਾ ਅਤੇ ਮਸੀਹ ਲੋਕਾਂ ਨੂੰ ਜੋ ਕਿ ਟਾਰਗੇਟ ਬਣਾਇਆ ਜਾਂਦਾ, ਮਸੀਹ ਲੋਕਾਂ ਨੂੰ ਜੋ ਕਿ ਫਸਲਾਇਆ ਜਾਂਦਾ, ਗੱਲਾਂ ਦੇ ਵਿੱਚ ਲਿਆ ਕੇ ਜੋ ਕਿ ਇਹਨਾਂ ਦੀਆਂ ਵੋਟਾਂ ਹੜਪ ਲਈਆਂ ਜਾਂਦੀਆਂ, ਔਰ ਬਾਅਦ ਦੇ ਵਿੱਚ ਜੋ ਕਿ ਇਹਨਾਂ ਦਾ ਕੋਈ ਵੀ ਸਾਥ ਨਹੀਂ ਦਿੱਤਾ ਜਾਂਦਾ, ਔਰ ਇਸੇ ਨੂੰ ਲੈ ਕੇ ਜੋ ਕਿ ਸਾਡੇ ਬ੍ਰਦਰ ਅੱਜ ਜੋ ਕਿ ਚੈਨਲ ਦੇ ਉੱਤੇ ਆ ਕੇ ਆਪਣੇ ਉਹਨਾਂ ਨੇ ਜੋ ਕਿ ਵਿਚਾਰ ਸਾਂਝੇ ਕੀਤੇ ਨੇ, ਔਰ ਇਸ ਮਸੀਹ ਭਾਈਚਾਰੇ ਨੂੰ, ਉਹ ਕ੍ਰਿਸਚਨ ਭਾਈਚਾਰੇ ਨੂੰ ਬਹੁਤ ਹੀ ਜੋ ਕਿ ਅਹਿਮ ਗੱਲਾਂ ਦੱਸੀਆਂ ਨੇ ਕਿ ਮਸੀਹ ਭਾਈਚਾਰੇ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ, ਮਸੀਹ ਭਾਈਚਾਰੇ ਨੂੰ ਜੋ ਕਿ ਜਾਗਰੂਕ ਹੋਣ ਦੀ ਜ਼ਰੂਰਤ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਹੋ ਜਿਹੇ ਜੋ ਕਿ ਲੀਡਰਾਂ ਤੋਂ, ਜੋ ਕਿ ਲਾਲਚੀ ਲੀਡਰ ਹੈ ਜੋ ਕਿ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਜੋ ਕਿ ਕੋਈ ਵੀ ਪਾਰਟੀ ਨੂੰ ਜੁਆਇਨ ਕਰਦੇ ਨੇ, ਕੋਈ ਵੀ ਪਾਰਟੀ ਦੇ ਵਿੱਚ ਜੋ ਕਿ ਵੜ ਜਾਂਦੇ ਨੇ ਸਿਰਫ ਇੱਕ ਲਾਲਚ ਦੀ ਵਜ੍ਹਾ ਨਾਲ, ਜੋ ਕਿ ਖਲੋਤੇ ਨੇ ਔਰ ਜੋ ਕਿ ਕ੍ਰਿਸਚਨ ਲੋਕਾਂ ਨੂੰ ਟਾਰਗੇਟ ਬਣਾਉਂਦੇ ਨੇ, ਇਹਨਾਂ ਤੋਂ ਜੋ ਕਿ ਬਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਹਾਲੇਲੂਇਆ। ਔਰ ਜੇਕਰ ਤੁਸੀਂ ਵੀਡੀਓ ਦੇ ਵਿੱਚ ਲਾਸਟ ਤੱਕ ਬਣੇ ਰਹੋਗੇ, ਔਰ ਤੁਸੀਂ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰੋ, ਔਰ ਵੀਡੀਓ ਦੇ ਵਿੱਚ ਬਹੁਤ ਹੀ ਅਹਿਮ ਮੈਸੇਜ, ਬਹੁਤ ਹੀ ਅਹਿਮ ਸੂਚਨਾ, ਔਰ ਬਹੁਤ ਹੀ ਵਧੀਆ ਗੱਲਾਂ ਜੋ ਕਿ ਕ੍ਰਿਸਚਨ ਲੋਕਾਂ ਨੂੰ ਜੋ ਕਿ ਸਿਖਾਈਆਂ ਗਈਆਂ, ਉਹ ਵੀਡੀਓ ਦੇਖਦੇ ਹਾਂ। ਹਾਂਜੀ, ਪ੍ਰੇਜ਼ ਦਾ ਲੋਰਡ। ਵਿਸ਼ਾਰ ਅਮਦਾਸੀਆ ਚੈਨਲ 'ਤੇ ਮੈਂ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਆਓ ਗੱਲਬਾਤ ਕਰਦੇ ਹਾਂ ਬ੍ਰਦਰ ਜੀ ਨਾਲ। ਹਾਂਜੀ ਬ੍ਰਦਰ, ਕੀ ਨਾਮ ਜੀ ਤੁਹਾਡਾ ਔਰ ਕੀ ਕਹਿਣਾ ਚਾਹੁੰਦੇ ਤੁਸੀਂ? ਸਾਰਿਆਂ ਤੋਂ ਪਹਿਲਾਂ ਜੈਮਸੀ ਦੀ, ਮੇਰਾ ਨਾਮ ਯੂਨਸ ਮਸੀਹ ਪੱਟੀ, ਚੇਅਰਮੈਨ ਆਨੰਦ ਗ੍ਰੇਸ ਵੈਲਫੇਅਰ ਸੁਸਾਇਟੀ ਦਾ। ਅਤੇ ਮੈਂ ਧੰਨਵਾਦ ਕਰਦਾ ਵਾਂ ਤੁਹਾਡੇ ਇਸ ਚੈਨਲ ਦਾ, ਇਸ ਪ੍ਰੈਸ ਦਾ, ਵਿਸ਼ਾਲ ਅਮਦਾਸੀਆ ਚੈਨਲ ਦਾ, ਧੰਨਵਾਦ ਮੇਰੇ ਤੱਕ ਪਹੁੰਚ ਕਰਨ ਦੇ ਲਈ, ਆਉਣ ਦੇ ਲਈ। ਔਰ ਕੀ ਮੈਸੇਜ ਦੇਣਾ ਚਾਹੁੰਦੇ ਸਰ ਤੁਸੀਂ ਆਪਣੇ ਮਸੀਹ ਲੋਕ ਜਿਹੜੇ ਕ੍ਰਿਸਚਨ ਭਰਾ ਨੇ, ਭੈਣਾਂ ਨੇ, ਔਰ ਇਲੈਕਸ਼ਨ ਦਾ ਟਾਈਮ ਵੀ ਚੱਲ ਰਿਹਾ ਵਾ, ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ? ਮੈਂ ਸਭ ਤੋਂ ਪਹਿਲਾਂ ਤਾਂ ਹਲਕਾ ਗੁਰਦਾਸਪੁਰ ਦਾ ਜੋ ਕਿ ਮੁੱਦਾ ਬਹੁਤ ਹੀ ਗਰਮਾਇਆ ਹੋਇਆ ਹੈ ਇਲੈਕਸ਼ਨਾਂ ਨੂੰ ਲੈ ਕੇ, ਅਤੇ ਮੈਂ ਦੱਸਣਾ ਚਾਹੁੰਦਾ ਆਪਣੇ ਈਸਾਈ ਭਾਈਚਾਰੇ ਨੂੰ ਅਪੀਲ ਕਰਨੀ ਚਾਹੁੰਦਾ, ਹੱਥ ਜੋੜ ਕੇ ਅਪੀਲ ਕਰਨੀ ਚਾਹੁੰਦਾ ਵਾਂ ਕਿ ਜਿੰਨੇ ਵੀ ਈਸਾਈ ਲੀਡਰ ਨੇ ਜੋ ਕਿ ਕਾਫੀ ਸਮੇਂ ਤੋਂ ਪੁਰਾਣੀ ਰਾਜਨੀਤੀ ਕਰਦੇ ਆ ਰਹੇ ਨੇ, ਸਾਨੂੰ ਇਹਨਾਂ ਤੋਂ ਅਗਾਹ ਰਹਿਣ ਦੀ ਲੋੜ ਹੈਗੀ ਆ, ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈਗੀ ਆ ਸਾਨੂੰ, ਕਿਉਂਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਅੱਜ ਤੱਕ, ਜਿੰਨੇ ਵੀ ਲੀਡਰ ਆਏ ਨੇ ਅੱਜ ਦੀ ਡੇਟ ਦੇ ਵਿੱਚ, ਈਸਾਈ ਲੀਡਰ ਖਾਸ ਕਰਕੇ ਜਿਨ੍ਹਾਂ ਨੇ ਕੌਮ ਨੂੰ ਵੇਚਿਆ, ਕੌਮ ਨੂੰ ਬਦਨਾਮ ਕੀਤਾ, ਕਿਉਂਕਿ ਬਹੁਤ ਹੀ ਵੱਡਾ ਇੱਕ ਸਾਡੀ ਕੌਮ ਕ੍ਰਿਸਚਨ ਕੌਮ ਦੇ ਉੱਪਰ ਇੱਕ ਬਹੁਤ ਹੀ ਵੱਡਾ ਕਲੰਕ ਹੈਗਾ ਬਈ, ਅਸੀਂ ਇਸ ਕਲੰਕ ਨੂੰ ਮਿਟਾਉਣਾ ਚਾਹੁੰਦੇ ਹਾਂ। ਅਤੇ ਮੈਂ ਅਗਾਹ ਕਰਨਾ ਚਾਹੁੰਦਾ ਇਸ ਲੀਡਰਾਂ ਤੋਂ, ਕਿਉਂਕਿ ਜੋ ਜਿੰਨੀਆਂ ਵੀ ਸਰਕਾਰਾਂ ਦੇ ਦੌਰਾਨ
ਲੀਡਰ ਆਏ ਨੇ ਸਾਡੀ ਕੌਮ ਦੇ ਵਿੱਚ, ਇਹਨਾਂ ਲੋਕਾਂ ਨੂੰ ਵਰਗਲਾ ਕੇ, ਲੋਕਾਂ ਨੂੰ ਲਾਲਚ ਦੇ ਕੇ, ਨੌਜਵਾਨ ਪੀੜ੍ਹੀ ਨੂੰ ਵਰਗਲਾ ਕੇ, ਉਹਨਾਂ ਨੂੰ ਲਾਲਚ ਦੇ ਕੇ ਨੌਜਵਾਨ ਪੀੜ੍ਹੀ ਨੂੰ, ਜੋ ਕਿ ਆਪਣੇ ਪਿੱਛੇ ਲਾ ਕੇ ਸਿਆਸੀ ਲੀਡਰਾਂ ਨੂੰ ਵੱਡੀਆਂ ਭੀੜਾਂ ਵਿਖਾ ਕੇ ਉਹਨਾਂ ਨੂੰ ਬੇਵਕੂਫ ਬਣਾਇਆ ਗਿਆ। ਜੋ ਕਿ ਆਪਾਂ ਵੇਖੀਏ ਜਿਹੜੀ ਵੀ ਸਰਕਾਰ ਬਣਦੀ ਆ ਕਿ ਆਪਾਂ ਕਹਿ ਸਕਦੇ ਕਿ ਗਲੀਆਂ ਮਤਲਬ ਗਲੀਆਂ ਗਟਰਾਂ ਜੋ ਵੀ ਆ ਲਾਗੇ ਹੁੰਦਾ ਵਾ ਕਿ ਉਹਦਾ ਤਾਂ ਕਿ ਸਹਿਮਤ ਹੈ ਆਪਾਂ। ਮੈਂ ਤੁਹਾਡੀ ਇੱਕ ਚੀਜ਼ ਦਾ ਕਲੀਅਰ ਕਰਨਾ ਚਾਹੁੰਦਾ ਵਾਂ ਬ੍ਰਦਰ ਜੀ, ਅਸੀਂ ਗਲੀਆਂ ਨਾਲੀਆਂ ਦੀ ਗੱਲ ਕਰਦੇ ਹਾਂ ਤਾਂ ਸਰਵੇ ਦੇ ਦੌਰਾਨ ਵੇਖਿਆ ਜਾਵੇ, ਅਗਰ ਜਿਹੜਾ ਸਰਵੇ ਹੁੰਦਾ ਵਾ 70-75% ਲੋਕ ਐਸੀ ਬੇਸੀ ਭਾਈਚਾਰਾ ਵਕਾਊ ਭਾਈਚਾਰਾ ਗਿਣਿਆ ਜਾਂਦਾ ਵਾ। ਜਦੋਂ ਅਸੀਂ ਵਿਕਾਂਗੇ ਨਹੀਂ ਤਾਂ ਅਸੀਂ ਗਲੀਆਂ ਨਾਲੀਆਂ ਤੋਂ ਆਪਣੇ ਆਪ ਹੀ ਬਾਹਰ ਆ ਜਾਵਾਂਗੇ। ਜਦੋਂ ਅਸੀਂ ਵਿਕ ਜਾਂਦੇ ਹਾਂ ਤਾਂ ਫਿਰ ਅਸੀਂ ਕਿਸੇ ਵੀ ਸਰਕਾਰ ਨੂੰ, ਕਿਸੇ ਵੀ ਅਹੁਦੇਦਾਰ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡਾ ਇਹ ਕੰਮ ਕਰੋ। ਅਸੀਂ ਗਲੀਆਂ ਨਾਲੀਆਂ ਤੱਕ ਇਸੇ ਕਰਕੇ ਸੀਮਿਤ ਹੈਗੇ ਹੁਣ ਤੱਕ। ਹੋਰ ਤੁਹਾਨੂੰ ਕੀ ਲੱਗਦਾ ਵਾ ਕਿੱਦਾਂ ਮਤਲਬ ਹੱਲ ਹੋਣਾ ਚਾਹੀਦਾ ਵਾ ਕਿ ਆਪਣੀ ਮਸੀਹ ਕੌਮ ਦਾ, ਜਾਂ ਕਿੱਦਾਂ? ਮਸੀਹ ਕੌਮ ਦਾ ਇਹੀ ਹੱਲ ਹੈ, ਇੱਕੋ ਹੀ ਹੱਲ ਹੋ ਸਕਦਾ ਮਸੀਹ ਕੌਮ ਦਾ, ਜੋ ਕਿ ਜਿੰਨੇ ਵੀ ਲੀਡਰ ਵਕਾਊ ਨੇ ਇਹਨਾਂ ਤੋਂ ਬਚੋ, ਇਹਨਾਂ ਤੋਂ ਸੁਚੇਤ ਰਹੋ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੌਕਾ ਵੇਖਦੇ ਨੇ, ਮੌਕਾ ਵੇਖ ਕੇ ਚੌਕਾ ਮਾਰਦੇ ਨੇ ਲੀਡਰ, ਕਿਉਂਕਿ ਜਿਹੜੀ ਸਰਕਾਰ ਬਣਦੀ ਆ ਬਣਦੀ ਸਰਕਾਰ ਦੇ ਵਿੱਚ ਇਹ ਦਲ ਬਦਲ ਜਾਂਦੇ ਨੇ। ਅਗਰ ਆਪਣੀ ਮਸੀਹ ਕੌਮ ਨੂੰ ਤੁਹਾਡਾ ਕੀ ਮੈਸੇਜ ਆ ਔਰ ਕੀ ਕਹਿਣਾ ਚਾਹੁੰਦੇ? ਮੇਰਾ ਮਸੀਹ ਕੌਮ ਨੂੰ ਇੱਕ ਹੀ ਮੈਸੇਜ ਹੈਗਾ ਵਾ ਕਿ ਤੁਸੀਂ ਖੁਦ ਹੀ ਸੋਚ ਸਕਦੇ, ਤੁਸੀਂ ਖੁਦ ਸੂਝਵਾਨ ਜੇ, ਪੜ੍ਹੇ ਲਿਖੇ ਜੇ, ਬੁੱਧੀਮਾਨ ਜੇ, ਤੁਸੀਂ ਵਚਨਾਂ ਨੂੰ ਜਾਣਦੇ ਜੇ ਕਿ ਇੱਕ ਲੀਡਰ, ਈਸਾਈ ਲੀਡਰ ਕਿੰਨੀਆਂ ਪਾਰਟੀਆਂ ਬਦਲ ਸਕਦਾ ਵਾ। ਜਿੰਨੇ ਵੀ ਲੀਡਰ ਨੇ ਇਹ ਮੌਕਾ ਵੇਖ ਕੇ ਚੌਕਾ ਮਾਰਦੇ ਨੇ, ਵੱਡੀਆਂ ਭੀੜਾਂ ਵਿਖਾ ਦਿੰਦੇ ਨੇ, ਵੱਡੀਆਂ ਤੋਂ ਵੱਡੀ ਇਕੱਠ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਅਤੇ ਸਿਆਸੀ ਲੀਡਰਾਂ ਨੂੰ ਵੀ ਬੇਵਕੂਫ ਬਣਾ ਰਹੇ ਨੇ। ਤੁਸੀਂ ਇਹਨਾਂ ਤੋਂ ਅਗਾਹ ਰਹੋ, ਇਹਨਾਂ ਤੋਂ ਬਚੋ, ਇਹਨਾਂ ਦੇ ਪਿੱਛੇ ਨਾ ਲੱਗੋ, ਕਿਉਂਕਿ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਤੁਸੀਂ ਇਹਨਾਂ ਦੇ ਪਿੱਛੇ ਲੱਗਦੇ ਜੇ, ਈਸਾਈ ਭਾਈਚਾਰੇ ਨੂੰ ਮੈਂ ਅਪੀਲ ਕਰਦਾ ਕਿ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹਨਾਂ ਦੇ ਪਿੱਛੇ ਲੱਗਦੇ ਜੇ ਤਾਂ ਤੁਹਾਡਾ ਆਪਣਾ ਹੀ ਬਹੁਤ ਵੱਡਾ ਨੁਕਸਾਨ ਹੋਵੇਗਾ। ਹੋਰ ਤੁਹਾਡਾ ਕੀ ਕਹਿਣਾ, ਕਿਹਨੂੰ ਵੋਟ ਪਾਉਣੀ ਚਾਹੀਦੀ ਹੈ ਜਿੱਦਾਂ ਇਲੈਕਸ਼ਨਾਂ ਦੇ ਮਾਹੌਲ ਚੱਲ ਰਹੇ ਸਾਰੇ ਪਾਸੇ? ਇਲੈਕਸ਼ਨ ਕਿਸੇ ਨੂੰ ਵੀ ਤੁਸੀਂ ਵੋਟ ਪਾ ਸਕਦੇ ਜੇ ਜਿਹਦੀ ਵੀ ਸਪੋਰਟ ਦੇ ਵਿੱਚ ਹੈਗੇ। ਜੇ ਮੈਂ ਕਿਸੇ ਪਾਰਟੀਕੁਲਰ ਕਿਸੇ ਪਾਰਟੀ ਦੇ ਉੱਪਰ ਟਿੱਪਣੀ ਨਹੀਂ ਕਰਨੀ ਚਾਹੁੰਦਾ, ਜੇ ਉਹ ਤੁਹਾਡੀ ਜਿੱਥੇ ਇੱਛਾ ਹੈਗੀ ਆ ਵੋਟ ਆਪਣੀ ਸੋਚ ਸਮਝ ਕੇ ਪਾਓ, ਜਿੱਥੇ ਤੁਹਾਨੂੰ ਆਪਣੇ ਤੁਹਾਡੇ ਫਾਇਦੇ ਹੋਣ, ਤੁਹਾਡੇ ਕੰਮ ਹੋਣ, ਤੁਹਾਡੇ ਮਸਲੇ ਹੱਲ ਹੋਣ, ਕੌਮ ਦੇ ਮਸਲੇ ਹੱਲ ਹੋਣ। ਹਾਂਜੀ ਜੀ, ਬਹੁਤ ਵਧੀਆ। ਜਿੱਦਾਂ ਕਿ ਹੁਣ ਹਰ ਇੱਕ ਲੀਡਰ ਮਤਲਬ ਸਟੇਜ 'ਤੇ ਚਰਚ ਦੇ ਵਿੱਚ ਜਾਂ ਹਰ ਇੱਕ ਬੰਦਗੀ ਦੇ ਵਿੱਚ ਆ ਜਾਂਦਾ ਵਾ, ਹੈ ਨਾ, ਕਹਿ ਦਿੰਦਾ ਕਿ ਆਪਾਂ ਤੁਹਾਡੇ ਨਾਲ ਆ, ਬਾਅਦ 'ਚ ਫਿਰ ਕੁਛ ਨਹੀਂ ਹੁੰਦਾ। ਮੈਂ ਸਭ ਤੋਂ ਪਹਿਲਾਂ ਤਾਂ ਮੈਂ ਕਿਸੇ ਚਰਚ ਦੇ ਉੱਪਰ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ, ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਆ ਵੀ ਜਿਹੜੇ ਬੱਜੇ ਪੁੱਲ ਨੇ, ਬੱਜੇ ਪੁੱਲਾਂ ਦੇ ਉੱਪਰ ਤਾਂ ਸਾਰੇ ਲੰਘਦੇ ਨੇ। ਮਜ਼ਾ ਤਾਂ ਫਿਰ ਵਾ ਅਗਰ ਅਸੀਂ ਆਪਣਾ ਖੁਦ ਪੁੱਲ ਬਣਾ ਕੇ ਇਕੱਠ ਕਰਕੇ ਬਿਨਾਂ ਚਰਚਾਂ ਤੋਂ ਵਿਖਾਈਏ ਪਾਰਟੀਆਂ ਨੂੰ, ਤਾਂ ਮਜ਼ਾ ਉਸ ਚੀਜ਼ ਦੇ ਵਿੱਚ ਹੈਗਾ ਵਾ। ਮੈਂ ਦੱਸਣਾ ਚਾਹੁੰਦਾ ਆਪਣੇ ਭਾਈਚਾਰੇ ਨੂੰ ਕਿ ਅਗਰ ਤੁਸੀਂ ਪਾਰਟੀਆਂ ਦੀ ਸਪੋਰਟ ਕਰਦੀ ਹਾਂ ਤਾਂ ਚਰਚਾਂ ਦਾ ਸਹਾਰਾ ਨਾ ਲਓ, ਨਾ ਹੀ ਪਾਸਟਰ ਲੋਕਾਂ ਦਾ ਸਹਾਰਾ ਲਓ, ਕਿਉਂਕਿ ਤੁਸੀਂ ਪਾਸਟਰ ਲੋਕਾਂ ਨੂੰ ਅੱਜ ਦੀ ਡੇਟ ਦੇ ਵਿੱਚ ਯੂਜ਼ ਕਰਦੇ ਪਏ ਜੇ, ਪਾਸਟਰਾਂ ਨੂੰ ਵਰਤਦੇ ਪਏ ਜੇ, ਕਿਉਂਕਿ ਜਦੋਂ ਅਸੀਂ ਪਾਸਟਰਾਂ ਨੂੰ ਵਰਤ ਕੇ ਪਾਸਟਰਾਂ ਦੀ ਕਲੀਸਿਆ ਵਿਖਾ ਕੇ ਲੀਡਰਾਂ ਨੂੰ ਬੇਵਕੂਫ ਬਣਾਉਂਦੇ ਹਾਂ ਤਾਂ ਇਹ ਬਹੁਤ ਹੀ ਗਲਤ ਮੈਸੇਜ ਹੈਗਾ ਲੋਕਾਂ ਦੇ ਵਿੱਚ। ਬਿਲਕੁਲ ਬਿਲਕੁਲ ਸਰ। ਹੋਰ ਤੁਹਾਡਾ ਕੀ ਮਤਲਬ ਇਸ, ਜੋ ਕਿ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਅੱਤਿਆਚਾਰ ਵੱਧ ਰਿਹਾ ਵਾ, ਕਿ ਜਿੱਦਾਂ ਕਹਿ ਲਈਏ ਆਪਾਂ ਕਿ ਨਸ਼ਾ ਬਹੁਤ ਹੀ ਵੱਧ ਰਿਹਾ ਵਾ, ਇਹਦੇ ਬਾਰੇ ਕੀ ਤੁਹਾਡਾ? ਮੈਂ ਦੱਸਣਾ ਚਾਹੁੰਦਾ ਕਿ ਮਣੀਪੁਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਹਾਦਸਾ ਹੋਇਆ, ਉੱਥੇ ਸਾਡੀਆਂ ਭੈਣਾਂ ਨੂੰ ਨਰਵਸਤਰ ਕਰਕੇ ਘੁਮਾਇਆ ਗਿਆ, ਉਹ ਮਾਹੌਲ, ਉਹ ਸਮਾਂ ਬਹੁਤ ਦੂਰ ਨਹੀਂ ਹੈਗਾ, ਕਿਉਂਕਿ ਇਹ ਪੰਜਾਬ ਦੇ ਵਿੱਚ ਤਰਨ ਤਾਰਨ ਦੇ ਵਿੱਚ ਇਹ ਘਟਨਾ ਵਾਪਰੀ ਹੈਗੀ ਆ ਬੀਤੇ ਦਿਨਾਂ ਦੇ ਵਿੱਚ, ਜਿੱਥੇ ਕਿ ਨਰਵਸਤਰ ਕਰਕੇ ਸਾਡੀ ਭੈਣ ਨੂੰ ਘੁਮਾਇਆ ਗਿਆ। ਇਹ ਨਰਵਸਤਰ ਕਰਕੇ ਸਾਡੀ ਭੈਣ ਨੂੰ ਉੱਥੇ ਘੁਮਾਇਆ ਗਿਆ। ਇਸ ਕਰਕੇ ਮੈਂ ਅਗਾਹ ਕਰਨਾ ਚਾਹੁੰਦਾ ਵਾਂ ਆਪਣੇ ਭਾਈਚਾਰੇ ਨੂੰ ਕਿ ਉਹ ਸਰਕਾਰਾਂ ਨੂੰ ਚੁਣੋ ਜਿਹੜੀਆਂ ਤੁਹਾਡੇ ਹਿੱਤ ਦੇ ਵਿੱਚ ਖੜੀਆਂ ਨੇ, ਤੁਹਾਡੇ ਮੁੱਦਿਆਂ ਨੂੰ ਵਿਧਾਨ ਸਭਾ ਦੇ ਵਿੱਚ ਲੈ ਕੇ ਜਾਂਦੀਆਂ ਨੇ, ਤੁਹਾਡੀ ਮੁੱਦਿਆਂ ਨੂੰ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਂਦੀਆਂ ਨੇ। ਹਾਂਜੀ ਹਾਂਜੀ, ਬਹੁਤ ਵਧੀਆ। ਹੋਰ ਬ੍ਰਦਰ, ਲਾਸਟ ਮੈਸੇਜ ਕੀ ਦੇਣਾ ਚਾਹੁੰਦੇ ਤੁਸੀਂ ਆਪਣੇ ਮਸੀਹ ਲੋਕਾਂ ਨੂੰ, ਜੋ ਕਿ ਆਪਾਂ ਜੋ ਆਪਣੇ ਵਿਊ ਦੇਖ ਰਹੇ ਵਿਚਾਰ ਚੈਨਲ 'ਤੇ ਆਪਾਂ ਦੱਸ ਸਕੀਏ?
ਮੈਂ ਬੇਨਤੀ ਕਰਨੀ ਚਾਹੁੰਦਾ ਹੱਥ ਜੋੜ ਕੇ ਆਪਣੇ ਈਸਾਈ ਭਾਈਚਾਰੇ ਨੂੰ, ਐਸੀ ਭਾਈਚਾਰੇ ਨੂੰ, ਕਿ ਇਹਨਾਂ ਵਕਾਊ ਲੀਡਰਾਂ ਤੋਂ ਬਚੋ, ਕਿਉਂਕਿ ਅਗਰ ਤੁਸੀਂ ਇਹਨਾਂ ਵਕਾਊ ਲੀਡਰਾਂ ਦੇ ਹੱਥੀਂ ਚੜ੍ਹ ਗਏ ਤਾਂ ਇਹਨਾਂ ਫਿਰ ਇਸ ਵਾਰ ਵੀ ਆਪਣੇ ਹੀ ਫਾਇਦੇ ਲੈਣੇ ਨੇ, ਕੌਮ ਦਾ ਕਿਸੇ ਦਾ ਕੁਛ ਨਹੀਂ ਸਵਾਰਨਾ ਹੈਗਾ। ਇੱਕ ਮੈਂ ਬੇਨਤੀ ਹੋਰ ਕਰਨੀ ਚਾਹੁੰਦਾ ਵਾਂ ਕਿ ਅਗਰ ਉਸ ਪਰਮਾਤਮਾ ਨੇ ਚਾਹਿਆ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਜਿਹੜਾ ਸਾਡੀ ਕੌਮ ਕ੍ਰਿਸਚਨ ਕੌਮ ਦੇ ਉੱਪਰ ਕਲੰਕ ਲੱਗਾ ਹੈਗਾ ਕਿ ਪੈਸੇ ਲੈ ਕੇ ਬੈਠਦੇ ਨੇ, ਅਗਰ ਉਸ ਪਰਮਾਤਮਾ ਨੇ ਚਾਹਿਆ ਤਾਂ ਅਸੀਂ ਇਹ ਕਲੰਕ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮਿਟਾਵਾਂਗੇ ਆਪਣੀ ਕੌਮ ਦੇ ਉੱਪਰੋਂ। ਇਹ ਮੈਂ ਵਿਸ਼ਵਾਸ ਦਵਾਉਂਦਾ ਤੁਹਾਨੂੰ ਤੁਹਾਡੇ ਚੈਨਲ ਦੇ ਦੁਆਰਾ।